ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਬੀਤੀ 15 ਸਤੰਬਰ ਨੂੰ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਭਿੱਖੀਵੇਂਡੇ ਵਿਖੇ ਧੰਨ ਧੰਨ ਬਾਬਾ ਖੇਤਰਪਾਲ ਜੀ ਦੇ ਸਾਲਾਨਾ ਜੋੜ ਮੇਲੇ ਤੇ ਗਾਇਕ ਗੁਰਨਾਮ ਭੁੱਲਰ ਅਤੇ ਉਸਦੇ ਇੱਕ ਫੈਨ ਵਿਚਕਾਰ ਹੋਏ ਵਿਵਾਦ ਨੂੰ ਲੈ ਕੇ ਬਲਾਕ ਭਿੱਖੀਵੇਂਡ ਅਧੀਨ ਆਉਂਦੇ ਪਿੰਡ ਚੇਲਾ ਵਿਖੇ ਅੱਜ ਆਪਣੇ ਫੈਨ ਰਾਜੂ ਬੇਦੀ ਨੂੰ ਮਿਲਣ ਪਹੁੰਚੇ ਪੰਜਾਬ ਦੇ ਮਸ਼ਹੂਰ ਗਾਇਕ ਗੁਰਨਾਮ ਭੁੱਲਰ। ਦੱਸਣਯੋਗ ਗੱਲ ਹੈ ਕਿ ਗਾਇਕ ਸੁਰਜੀਤ ਭੁੱਲਰ ਦੇ ਗ੍ਰਹਿ ਵਿਖੇ ਪਹੁੰਚੇ ਗਾਇਕ ਗੁਰਨਾਮ ਭੁੱਲਰ ਨੇ ਆਪਣੇ ਫੈਨ ਰਾਜੂ ਬੇਦੀ ਤੋਂ ਜਿੱਥੇ ਸੌਰੀ ਫੀਲ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਮੇਰੀ ਇਸ ਦੇ ਨਾਲ ਕੋਈ ਵੀ ਨਿੱਜੀ ਰੰਜਿਸ਼ ਨਹੀਂ ਹੈ, ਲੇਕਿਨ ਜੋ ਵੀ ਮੈਂ ਆਪਣੇ ਫੈਨ ਰਾਜੂ ਬੇਦੀ ਨਾਲ ਵਤੀਰਾ ਕੀਤਾ ਉਸ ਲਈ ਮੈਂ ਦਿਲੋਂ ਸੌਰੀ ਫੀਲ ਕਰਦਾ ਹਾਂ। ਉੱਥੇ ਹੀ ਦੂਜੇ ਪਾਸੇ ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕ ਸੁਰਜੀਤ ਭੁੱਲਰ ਨੇ ਕਿਹਾ ਕਿ ਗਾਇਕ ਗੁਰਨਾਮ ਭੁੱਲਰ ਬਹੁਤ ਹੀ ਵਧੀਆ ਕਲਾਕਾਰ ਹੈ ਅਤੇ ਬੀਤੇ ਦਿਨੀ ਹੀ ਗੁਰਨਾਮ ਭੁੱਲਰ ਅਤੇ ਉਸਦੇ ਫੈਨ ਰਾਜੂ ਬੇਦੀ ਵਿਚਕਾਰ ਚੱਲ ਰਹੇ ਵਿਵਾਦ ਨੂੰ ਅੱਜ ਮੇਰੇ ਗ੍ਰਹਿ ਵਿਖੇ ਬੈਠ ਕੇ ਇਹਨਾਂ ਦੋਵਾਂ ਵਿਚਕਾਰ ਹੋਵੇ ਮਨ ਮੁਟਾਵ ਨੂੰ ਦੂਰ ਕਰਾ ਦਿੱਤਾ ਗਿਆ ਹੈ। ਇਸ ਲਈ ਮੈਂ ਸਾਰੇ ਸਰੋਤਿਆਂ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਗੁਰਨਾਮ ਭੁੱਲਰ ਨੂੰ ਪਹਿਲਾਂ ਦੀ ਹੀ ਤਰ੍ਹਾਂ ਪਿਆਰ ਮਾਣ ਸਤਿਕਾਰ ਦੇਣ। ਸਟੇਜ 'ਤੇ ਜਿਹੜਾ ਵੀਰ ਦੇ ਫੋਟੋ ਲੈ ਕੇ ਵਿਵਾਦ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਮੈਂ ਇਹੀ ਕਹਿਣਾ ਚਾਹੂੰਗਾ ਜੀ, ਗਲਤੀਆਂ ਬੰਦਿਆਂ 'ਤੇ ਹੁੰਦੀਆਂ ਅਤੇ ਮੈਂ ਬਹੁਤ ਖੁਸ਼ ਹੋਇਆ ਵੀਰ ਨੂੰ ਮਿਲ ਕੇ। ਮੈਂ ਕਰਮਾਂ ਵਾਲਾ ਕਿ ਇਹੋ ਜਿਹੇ ਫੈਨ ਮੈਨੂੰ ਮਿਲੇ ਜਿਹੜੇ ਇੰਨਾ ਪਿਆਰ ਕਰਦੇ, ਅਤੇ ਸਭ ਤੋਂ ਜ਼ਿਆਦਾ ਥੈਂਕਸ ਸੁਰਜੀਤ ਕੁਮਾਰ ਭਾਈ ਦਾ। ਅਸੀਂ ਅੱਜ ਸਾਰੇ ਇਕੱਠੇ ਹੋਏ ਹਾਂ, ਵਧੀਆ ਦੁਬਾਰਾ ਰੌਣਕ ਲੱਗੀ, ਮੇਲਾ ਦੁਬਾਰਾ ਬਣ ਗਿਆ ਅਤੇ ਵੀਰ ਨੂੰ ਮੈਂ ਫਿਰ ਕਈ ਸੋਰੀ ਫੀਲ ਕਰਦਾ। ਹੋਰ ਵੀ ਬਹੁਤ ਸਾਰੀਆਂ ਗਲਤੀਆਂ ਆਰਟਿਸਟ ਤੋਂ ਹੋ ਜਾਂਦੀਆਂ, ਅਸੀਂ ਵੀ ਤੁਹਾਡੇ ਵਰਗੇ ਹੀ ਹਾਂ ਜੀ, ਜਿਵੇਂ ਤੁਹਾਡੇ ਤੋਂ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਉਵੇਂ ਅਸੀਂ ਵੀ ਤੁਹਾਡੇ ਵਰਗੇ ਹਿਊਮਨ ਬੀਇੰਗ ਹਾਂ, ਇਨਸਾਨ ਹਾਂ, ਅਤੇ ਪਰ ਮੈਂ ਆਪਦੀ ਗਲਤੀ ਫੀਲ ਕਰਦਾ, ਇਸ ਕਰਕੇ ਵੀਰ ਨੂੰ ਮਿਲਣ ਆਇਆ, ਇਹਨਾਂ ਦੇ ਪਿੰਡ ਮਿਲਣ ਆਇਆ, ਅਤੇ ਅੱਗੇ ਤੋਂ ਮੈਂ ਭਾਜੀ ਨਾਲ ਵੀ ਪ੍ਰੋਮਿਸ ਕੀਤਾ, ਹੋਰ ਵੀ ਮੈਂ ਬਹੁਤ ਖਿਆਲ ਰੱਖੂੰਗਾ ਕਿ ਇਹੋ ਜਿਹੀਆਂ ਗਲਤੀਆਂ ਜਾਂ ਇੱਦਾਂ ਦਾ ਬਿਹੇਵੀਅਰ ਕਿਤੇ ਵੀ ਨਾ ਹੋਵੇ। ਉਹ ਤੋਂ ਪਹਿਲਾਂ ਤਾਂ ਪੂਰੇ ਮੀਡੀਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਸੀਂ ਮੇਰੇ ਹੀਰੋ ਅਤੇ ਸਾਰਿਆਂ ਨੂੰ ਇੱਥੇ ਪਹੁੰਚਣ 'ਤੇ ਗੁਰਨਾਮ ਭੁੱਲਰ ਨੂੰ, ਵੀਰਪਾਲ ਨੂੰ, ਹੋਰ ਵੀ ਜਿੰਨੇ ਬਹੁਤ ਵਾਰ ਸੱਜਣ ਘਰ ਆਏ ਸੀ, ਸਾਰਿਆਂ ਨੂੰ ਇੱਥੇ ਪਹੁੰਚਣ 'ਤੇ ਜੀ ਆਇਆਂ। ਅਤੇ ਇਹ ਜਿਹੜਾ ਸਾਡਾ ਇਹ ਬੱਚਾ ਸਾਡੇ ਇਲਾਕੇ ਦਾ ਵਾ, ਕਈ ਵਾਰ ਸਰੋਤੇ ਇੰਨੇ ਤੁਹਾਡੇ ਨਾਲ ਦਿਲੋਂ ਜੁੜੇ ਹੁੰਦੇ ਆ ਕਿ ਤੁਹਾਨੂੰ ਕਈ ਵਾਰ ਦੁਨੀਆਂ ਦੇ ਵਿੱਚ ਵਿਚਰਦੇ ਆ ਪਤਾ ਨਹੀਂ ਲੱਗਦਾ ਕਿਹੜਾ ਬੰਦਾ ਮੈਨੂੰ ਕਿੰਨਾ ਪਿਆਰ ਕਰਦਾ। ਅਤੇ ਗੁਰਨਾਮ ਜਿਹੜਾ ਉਹ ਸਾਡਾ ਛੋਟਾ ਵੀਰ ਵਾਲੇ ਬੱਚਾ ਵਾ, ਹੌਲੀ ਹੌਲੀ ਜਿਉਂ ਜਿਉਂ ਅੱਗੇ ਉਹਨਾਂ ਦਾ ਸਫ਼ਰ ਗਾਇਕੀ ਦਾ ਜਾਊਗਾ ਬਹੁਤ ਕੁਝ ਸਿੱਖਣਗੇ। ਅਤੇ ਅੱਜ ਇਹਨਾਂ ਦਾ ਭਾ ਕੇ ਆਪਸ ਵਿੱਚ ਮਨ ਮੁਟਾਵ ਕਰਤਾ ਵਾ, ਫੋਟੋ ਦਾ ਸੀ, ਮੈਂ ਕਿਹਾ ਭਾਵੇਂ ਦਸ ਫੋਟੋਆਂ ਕਰਾ ਲਾ ਬਈ, ਕੋਈ ਗੱਲ ਨਹੀਂ। ਅਤੇ ਮੀਡੀਆ ਨੂੰ ਪੂਰੇ ਨੂੰ ਮੇਰੇ ਵੱਲੋਂ ਇੱਥੇ ਪਹੁੰਚਣ 'ਤੇ ਜੀ ਆਇਆ। ਬਾਕੀ ਦੇਣਾ ਮੈਂ ਲੋਕਾਂ ਨੂੰ ਸੰਦੇਸ਼ ਨਹੀਂ, ਕਈ ਗੱਲ ਲੋਕਾਂ ਦੀਆਂ ਭਾਵਨਾਵਾਂ ਕਲਾਕਾਰ ਦੇ ਨਾਲ ਇਸ ਤਰਫ ਜੁੜੀਆਂ ਹੁੰਦੀਆਂ ਵਾ ਕਿ ਉਹ ਸਾਡੇ ਤੋਂ ਇਹੋ ਜਿਹੀ ਚੀਜ਼ ਸੋਚਦੇ ਨੇ ਜਿਹੜੀ ਕਈ ਵਾਰ ਸਾਡੇ ਤੋਂ ਮਿਸਟੇਕ ਹੋ ਜਾਂਦੀ ਹੈ। ਅਤੇ ਮੈਂ ਸਾਰੇ ਉਸ ਲੋਕਾਂ ਨੂੰ ਜਿਹਨਾਂ ਨੂੰ ਗੁਰਨਾਮ ਭੁੱਲਰ ਵੱਲੋਂ ਕੋਈ ਠੇਸ ਪਹੁੰਚੀ ਹੋਵੇ ਉਹਨਾਂ ਨੂੰ ਕਹਿੰਦਾ ਕਿ ਮੈਂ ਵੀ ਉਹਨਾਂ, ਮੇਰਾ ਇਹ ਛੋਟਾ ਵੀਰ ਹੈ, ਇਹਦੇ ਕਾਰਨ ਮੈਂ ਉਹਨਾਂ ਸਾਰੇ ਸਰੋਤਿਆਂ ਤੋਂ ਮਾਫ਼ੀ ਮੰਗਦਾ ਕਿ ਤੁਸੀਂ ਇਹਦੇ ਨਾਲ ਓਨਾ ਹੀ ਪਿਆਰ ਕਰੋ ਜਿੰਨਾ ਅੱਗੇ ਕਰਦੇ ਸੀ। ਇਸ ਬੱਚੇ ਨਾਲ ਵੀ ਸਾਡਾ ਪਿਆਰ ਹੈ ਅਤੇ ਮੇਰੇ ਘਰ ਅੱਜ ਸਾਰਾ
ਪਰਿਵਾਰ ਆਇਆ ਵਾ, ਗਾਇਕੀ ਪਰਿਵਾਰ ਆਇਆ, ਪੱਤਰਕਾਰ ਮੇਰਾ ਭਾਈਚਾਰਾ ਆਇਆ, ਸਾਰਿਆਂ ਨੂੰ ਜੀ ਆਇਆ। ਬਸ ਇਹਦੇ ਤੋਂ ਬੜਾ ਕੁਝ ਸਿੱਖਣ ਨੂੰ ਮਿਲੇਗਾ ਗੁਰਨਾਮ ਨੂੰ ਵੀ, ਹੋਰ ਲੋਕਾਂ ਨੂੰ ਵੀ, ਅਤੇ ਸਰੋਤੇ ਜਿਹੜੇ ਸਰੋਤਿਆਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਜੋ ਕਰਦੇ ਹੁੰਦੇ ਹੋ ਸਹੀ ਕਰਦੇ ਹੋ। ਕਈ ਵਾਰ ਕਲਾਕਾਰ ਤੋਂ ਸਟੇਜ 'ਤੇ ਬੋਲਦਿਆਂ ਬੜੀ ਮਿਸਟੇਕ ਹੋ ਜਾਂਦੀ ਹੈ, ਕਈ ਵਾਰ ਉਹਦੇ ਕੁਝ ਆਪਦੇ ਇਹੋ ਜਿਹੇ ਘਰ ਪ੍ਰੋਬਲਮ ਹੁੰਦੀ, ਜਦੋਂ ਸਟੇਜ 'ਤੇ ਆਉਂਦਾ ਤਾਂ ਉਹ ਤੁਹਾਡੇ ਨਾਲ ਹੱਸਦਾ ਹੁੰਦਾ, ਅੰਦਰ ਉਹਦਾ ਦਿਲ ਰੋ ਰਿਹਾ ਹੁੰਦਾ, ਅਤੇ ਉਦੋਂ ਕਈ ਵਾਰ ਗਲਤੀਆਂ ਹੋ ਜਾਂਦੀਆਂ। ਇਸ ਲਈ ਸਾਰਿਆਂ ਦਾ ਤੁਹਾਡਾ ਥੈਂਕ ਯੂ, ਤੁਸੀਂ ਫਿਰ ਵੀ ਜੁੜੇ ਹੋ, ਜੇ ਤੁਸੀਂ ਕੁਝ ਗਲਤ ਵੀ ਸਾਡੇ ਲਈ ਬੋਲਦੇ ਹੋ ਨਾ, ਉਹ ਸਾਡੀ ਸਿੱਖਣ ਵਾਲੀ ਚੀਜ਼ ਹੁੰਦੀ ਹੈ। ਥੈਂਕ ਯੂ, ਥੈਂਕ ਯੂ ਸੋ ਮਚ। ਰਾਜੂ ਜੀ, ਤੁਹਾਨੂੰ ਕਿਵੇਂ ਲੱਗ ਰਿਹਾ ਗੁਰਨਾਮ ਭੁੱਲਰ ਜੀ ਆ, ਜਿਨ੍ਹਾਂ ਦੇ ਤੁਸੀਂ ਬੜੇ ਤਕੜੇ ਫੈਨ ਹੋ, ਅੱਜ ਆਪਣੇ ਕੋਲ ਚੱਲ ਕੇ ਆਏ, ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਬਹੁਤ ਧੰਨਵਾਦ ਕਰਦਾ ਜੀ ਭੁੱਲਰ ਸਾਹਿਬ ਜੀ ਦਾ, ਹਾਂਜੀ ਵੀਰ ਹੋਣੀ ਮੇਰੇ ਕੋਲ ਆਏ ਨੇ, ਅੱਜ ਰੂਬਰੂ ਹੋਏ ਨੇ, ਬਹੁਤ ਧੰਨਵਾਦ ਕਰਦਾ ਜੀ। ਉਦਣ ਜਿਹੜਾ ਮਨ ਮੁਟਾਵ ਸੀਗਾ ਉਦਣ ਦਾ, ਜਿਹੜਾ ਅੱਜ ਮਿਲ ਗਏ ਆ ਤੁਹਾਨੂੰ, ਉਹਨੇ ਮਿਟ ਚੁੱਕਾ ਜੀ? ਹਾਂਜੀ, ਬਹੁਤ ਖੁਸ਼ ਹੈ ਜੀ, ਮੈਂ ਗੁਰਨਾਮ ਭੁੱਲਰ ਭਾਈ ਮੇਰੇ ਪਿੰਡ ਹੀ ਆਏ ਹੋਏ ਨੇ, ਬਹੁਤ ਦਿਲ ਖੁਸ਼ ਹੈ ਜੀ। ਮੈਂ ਇਹ ਕਹਿਣਾ ਚਾਹੁੰਦਾ ਜੀ, ਪਿਛਲੇ ਕੁਝ ਦਿਨਾਂ ਤੋਂ ਜਿਹੜਾ ਕੋਈ ਸਟੇਜ 'ਤੇ ਫੋਟੋ ਨਾ ਖਿਚਵਾਉਣ ਤੋਂ ਡਿਸਪਿਊਟ ਚੱਲ ਰਿਹਾ ਸੀ, ਰਾਜੂ ਗੇਦੀ ਜੀ ਸਾਡੇ ਨਾਲ ਨੇ, ਜਿਨ੍ਹਾਂ ਦੇ ਨਾਲ ਉੱਥੇ ਜਿਹੜਾ ਸਟੇਜ 'ਤੇ ਇਹ ਵਾਕਿਆ ਹੋਇਆ, ਲੋਕਾਂ ਨੇ ਵੀਰਾਂ ਨੇ ਬਹੁਤ ਕਮੈਂਟ ਮਾਰੇ, ਬਹੁਤ ਬੁਰਾ ਭਲਾ ਕਿਹਾ ਗੁਰਨਾਮ ਭੁੱਲਰ ਜੀ ਨੂੰ। ਪਰ ਮੈਂ ਸਮਝਦਾ ਵੀ ਸਾਡੇ ਛੋਟੇ ਵੀਰ ਨੇ, ਗਲਤੀਆਂ ਹਮੇਸ਼ਾ ਇਨਸਾਨ ਕੋਲ ਹੁੰਦੀਆਂ, ਕਿਉਂ ਇਨਸਾਨ ਹੀ ਗਲਤੀਆਂ ਦਾ ਪੁਤਲਾ ਹੈ। ਅੱਜ ਮੇਰਾ ਵੀਰ ਸੁਰਜੀਤ ਭੁੱਲਰ, ਅਸੀਂ ਇਹਨਾਂ ਦੇ ਗ੍ਰਹਿ ਵਿਖੇ ਇਕੱਠੇ ਹੋਏ ਹਾਂ, ਗੁਰਨਾਮ ਭੁੱਲਰ ਜੀ ਵੀ ਆਏ ਨੇ, ਇਹਨਾਂ ਦੀ ਸਾਰੀ ਟੀਮ ਅਤੇ ਹੋਰ ਵੀ ਪੰਚ ਸਰਪੰਚ ਇਲਾਕੇ ਦੇ ਮੋਹਤਬਾਰ ਵੀਰ ਸਾਰੇ ਜਿਹੜੇ ਇੱਥੇ ਪਹੁੰਚੇ ਨੇ, ਅਤੇ ਜੋ ਵੀ ਇਹਨਾਂ ਦਾ ਗਿਲਾ ਸ਼ਿਕਵਾ ਸੀ, ਡਿਸਪਿਊਟ ਚੱਲ ਰਿਹਾ ਸੀ, ਉਹਨੂੰ ਅਸੀਂ ਬਹਿ ਕੇ ਸੋਲਵ ਕਰਵਾ ਦਿੱਤਾ ਹੈ। ਅੱਜ ਤੋਂ ਕੋਈ ਵੀ ਸਾਡਾ ਆਪਸੀ ਗਿਲਾ ਸ਼ਿਕਵਾ ਗੁਰਨਾਮ ਭੁੱਲਰ ਜੀ ਨਾਲ, ਰਾਜੂ ਬੇਦੀ ਦਾ ਗੁਰਨਾਮ ਭੁੱਲਰ ਜੀ ਨਾਲ ਕੋਈ ਵੀ ਇਹੋ ਜਿਹਾ ਮਨ ਨਹੀਂ ਹੈ, ਸਾਰੇ ਰਜਾਮੰਦੀ ਹੈ। ਇੰਨੀਆਂ ਗੱਲਾਂ ਕਹਿੰਦਾ ਨਖੇਮਾ ਦਾ ਜਾਜੀ, ਵਾਹਿਗੁਰੂ ਜੀ ਕਾ ਖਾਲਸਾ। ਸਬਸਕ੍ਰਾਈਬ ਕਰੋ ਲੀਡਰ ਆਵਾਜ਼ ਟੀਵੀ ਨੂੰ, ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।